ਜਰ ਉਦਰਦਾਸੀ ਇੱਕ ਕੋਵਿਡ-19 ਮਾਡਲਿੰਗ ਮਾਹਰ ਨੇ ਬੀਸੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੋ ਲੋਕ ਮਹਾਮਾਰੀ ਦੀਆਂ ਸਾਵਧਾਨੀਆਂ ਬਾਰੇ ਬਹੁਤ ਜ਼ਿਆਦਾ ਢਿੱਲੇ ਪੈ ਜਾਂਦੇ ਨੇ ਤਾਂ ਇੱਕ ਹੋਰ ਐਮਰਜੈਂਸੀ ਸਥਿਤੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਯੂਬੀਸੀ ਦੀ ਮਾਡਲਿੰਗ ਖੋਜਕਰਤਾ ਸਾਰਾ ਨੇ ਕਿਹਾ ਹੈ ਕਿ ਬੀਸੀ ਨੂੰ ਅਜੇ ਹੋਰ ਸਤਰਕ ਰਹਿਣ ਦੀ ਲੋੜ ਹੈ ਖਾਸ ਕਰਕੇ ਡੈਲਟਾ ਵੈਰੀਐਂਟ ਦੇ ਰੂਪ ਕਰਕੇ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਹੋਰ ਲਹਿਰ ਦੀ ਸ਼ੁਰੂਆਤ ਕਰ ਰਹੇ ਹਾਂ ਤੇ ਇਹ ਦੂਜੀ ਲਹਿਰ ਵੱਡੇ ਪੱਧਰ ਤੇ ਡੈਲਟਾ ਦੇ ਮਾਮਲਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਟੀਕਾ ਕਰਨ ਦੀਆਂ ਦਰਾਂ ਘਟ ਹਨ ਉਹਨਾਂ ਦੇ ਵਿੱਚ ਵਾਦਾ ਹੋਇਆ ਹੈ ਉਹਨਾਂ ਕਹਿੰਦੇ ਕਿ ਅਸੀਂ ਇਹ ਵੇਖ ਰਹੇ ਹਾਂ ਕਿ ਪੂਰੇ ਯੂਰਪ ਤੇ ਸੰਯੁਕਤ ਅਮਰੀਕਾ ਦੇ ਵਿੱਚ ਕੀ ਮਿਲਦਾ ਹੈ ਔਟਾ ਦਾ ਕਹਿਣਾ ਹੈ ਕਿ ਕੇਸਾਂ ਦੀ ਗਿਣਤੀ ਦੇ ਵਿੱਚ ਤਾਜ਼ਾ ਵਾਧਾ ਖਾਸ ਕਰਕੇ ਬੀਸੀ ਅੰਦਰੂਨੀ ਸੁਝਾ ਦਿੰਦਾ ਹੈ ਕਿ ਸੰਕਰਮਣ ਦੀਆਂ ਦਰਾਂ ਉਹਨਾਂ ਕਮਿਊਨਿਟੀਆਂ ਦੇ ਵਿੱਚ 5 ਗੁਣਾ ਵਧ ਰਹੀਆਂ ਨੇ ਜਿੱਥੇ ਸਿਰਫ 70% ਦੀ ਆਬਾਦੀ ਨੂੰ ਵੈਕਸੀਨ ਲੱਗੀ ਹੈ ਬੋਗੋਚ ਜੋ ਕਿ ਛੋਹ ਦੀਆਂ ਬਿਮਾਰੀਆਂ ਦੇ ਮਾਹਰ ਨੇ ਉਹਨਾਂ ਨੇ ਵੀ ਪਿਛਲੇ ਹਫਤੇ ਇਹੀ ਗੱਲ ਕਹੀ ਹੈ ਕਿ ਚੌਥੀ ਲਹਿਰ ਕੈਨੇਡਾ ਦੇ ਵਿੱਚ ਲਾਜ਼ਮੀ ਹੈ ਪਰ ਇਹ ਕਿੰਨੀ ਵੱਡੀ ਹੋਵੇਗੀ ਟੀਕਾ ਕਰਨ ਦੀਆਂ ਦਰਾਂ ਦੇ ਉੱਤੇ ਹੀ ਇਹ ਨਿਰਭਰ ਕਰਦਾ ਹੈ ਅੱਛਾ ਤਾਂ ਕਹਿਣਾ ਹੈ ਕਿ ਹੁਣ ਵਾਪਰ ਰਹੀਆਂ ਵੱਡੀਆਂ ਘਟਨਾਵਾਂ ਸਾਨੂੰ ਕੀ ਵਾਪਰਨ ਲਈ ਮਜਬੂਰ ਕਰ ਰਹੀਆਂ ਨੇ ਇਸ ਤੇ ਉਤੇ ਨਜ਼ਰ ਰੱਖਣ ਦੀ ਲੋੜ ਹੈ ਉਹਨਾਂ ਕਿਹਾ ਹੈ ਕਿ ਲੋਕ ਅਜੇ ਵੀ ਸਾਵਧਾਨ ਰਹਿਣ ਸਾਨੂੰ ਉਹ ਪੱਧਰ ਵੀ ਲੱਭਣਾ ਪਵੇਗਾ ਜੋ ਕੇਸ ਨੰਬਰਾਂ ਨੂੰ ਨਿਰੰਤਰਣ ਦੇ ਵਿੱਚ ਰੱਖ ਸਕਣ ਡੈਲਟਾ ਦੇ ਵੱਡੇ ਵਾਅਦੇ ਨੂੰ ਰੋਕਣ ਲਈ ਸਾਨੂੰ ਤਬਦੀਲੀ ਦੀ ਵੀ ਲੋੜ ਹੈ ਬੀਸੀ ਦੇ ਵਿੱਚ ਸ਼ੁੱਕਰਵਾਰ ਨੂੰ 112 ਨਵੇਂ ਇਨਫੈਕਸ਼ਨ ਮਾਮਲੇ ਦੀ ਰਿਪੋਰਟ ਕੀਤੀ ਗਈ ਹੈ ਅੱਦ ਤੋਂ ਵੱਧ ਜਿਹੜੇ ਨੇ ਇੰਟੀਰੀਅਰ ਹੈਲਥ ਦੇ ਖੇਤਰ ਤੋਂ ਆਏ ਨੇ ਇਹ ਸੰਖਿਆ 3 ਗੁਣਾ ਵੱਧ ਕੀਤੀ ਗਈ ਸੀ ਜੋ ਅਸੀਂ ਸਿਰਫ ਇੱਕ ਹਫਤਾ ਪਹਿਲਾਂ ਸੂਬੇ ਦੇ ਵਿੱਚ ਵੇਖ ਰਹੇ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ